ਤੁਸੀਂ ਥੋੜੀਆਂ ਬਚੀਆਂ ਹੋਈਆਂ ਚੀਜ਼ਾਂ ਦੇ ਨਾਲ ਬਹੁਤ ਵਧੀਆ ਸਪ੍ਰਿੰਕਲਰ ਫੁਹਾਰਾ ਬਣਾ ਸਕਦੇ ਹੋ। ਤੁਹਾਨੂੰ ਇਸ ਦੇ ਲਈ ਸਟ੍ਰੋਸ, ਤਾਰਾਂ, ਡੰਡੀਆਂ, ਗੂੰਦ ਅਤੇ ਇੱਕ ਸਾਈਕਲ ਦੇ ਗੱਜ ਦੀ ਲੋੜ ਹੈ। ਇੱਕ ਵਧੀਆ ਕੁਆਲਿਟੀ ਦੀ ਸਟ੍ਰੋ ਨੂੰ ਮੱਧ ਵਿੱਚੋਂ ਮੋੜੋ। ਇਸ ਦੇ ਮੱਧ ਨੂੰ ਲੱਭਣ ਲਈ ਇਸ ਦੇ ਮੱਧ ਵਿੱਚ ਇੱਕ ਮੋਰੀ ਕਰੋ। ਸਾਈਕਲ ਦੇ ਗੱਜ ਦੇ 3 ਸੈਂਟੀਮੀਟਰ ਛੱਡ ਕੇ ਦੋ ਮੱਧ ਦੇ ਕੱਟ ਬਣਾਓ, ਇੱਕ ਖੱਬੇ ਪਾਸੇ ਹੋਵੇ ਅਤੇ ਦੂਜਾ ਸੱਜੇ ਪਾਸੇ ਹੋਵੇ। ਇਸ ਸਟ੍ਰੋ ਦੇ ਦੋਨੋਂ ਕੋਨੇ ਮੋੜੋ ਤਾਂ ਜੋ ਇੱਕ ਤ੍ਰਿਭੁਜ ਬਣ ਜਾਵੇ ਅਤੇ ਉਸ ਨੂੰ ਟੇਪ ਨਾਲ ਜੋੜ ਦਿਓ। ਇੱਕ ਸਖਤ ਬਾਲ ਪੈਨ ਰੀਫਿਲ ਅਤੇ ਕੁਝ ਫਲੈਕਸੀ ਤਾਰ ਵਾਇੰਡ ਕਰੋ ਤਾਂ ਜੋ ਇੱਕ ਸਪ੍ਰਿੰਗ ਬਣ ਸਕੇ। ਹੁਣ ਰੀਫਿਲ ਤੋਂ ਸਪ੍ਰਿੰਗ ਨੂੰ ਉਤਾਰੋ ਅਤੇ ਉਸ ਦੇ ਕੋਨਿਆਂ ਨੂੰ ਮੋੜੋ ਤਾਂ ਜੋ ਹੈਂਡਲ ਬਣ ਸਕੇ। ਇਸ ਹੈਂਡਲ ਨੂੰ ਜ਼ੈੱਡ ਆਕਾਰ ਵਿੱਚ ਬੈਂਡ ਕਰੋ। ਇੱਕ ਬਲੋਇੰਗ ਸਟ੍ਰੋ ਇਸ ਤਾਰ ਦੇ ਹੈਂਡਲ ਨਾਲ ਟੇਪ ਕਰ ਦਿਓ। ਇਹ ਸਟ੍ਰੋ ਹਵਾ ਦੇਣ ਲਈ ਹੋਵੇਗੀ ਅਤੇ ਸਪ੍ਰਿੰਗ ਬੁਸ਼ ਬੀਅਰਿੰਗ ਦਾ ਕੰਮ ਕਰੇਗੀ। ਇਸ ਦੇ ਵਿੱਚ ਫੁਹਾਰੇ ਦਾ ਗੱਜ ਹੋਵੇਗਾ। ਹੁਣ ਇੱਕ ਕਾਰਡ ਸ਼ੀਟ ਦੀ ਸਟ੍ਰਿਪ ਗੂੰਦ ਲਗਾ ਕੇ, ਜੋ ਕਿ ਜ਼ਿਗ ਜ਼ੈਗ ਕਰਕੇ ਗੂੰਦ ਲਗਾ ਕੇ ਟਰਬਾਈਨ ਬਣਾਓ। ਹੁਣ ਗੂੰਦ ਨੂੰ ਸੁੱਕ ਲੈਣ ਦਿਓ ਅਤੇ ਉਸ ਨੂੰ ਟਰਬਾਈਨ ਦੇ ਸਾਈਕਲ ਗੱਜ ਦੇ ਨਾਲ ਜੋੜ ਦਿਓ। ਜਿਵੇਂ ਹੀ ਤੁਸੀਂ ਸਟ੍ਰੋ ਵਿੱਚੋਂ ਹਵਾ ਦਿਓਗੇ, ਹਵਾ ਕਾਰਡਸ਼ੀਟ ਟਰਬਾਈਨ ਨੂੰ ਹਿਲਾਵੇਗੀ। ਇਹ ਫੁਹਾਰੇ ਨੂੰ ਹਿਲਾਵੇਗੀ ਅਤੇ ਜਿਹੜੀ ਕਿ ਸਾਰੇ ਪਾਸੇ ਪਾਣੀ ਫੈਲਾਏਗੀ ਅਤੇ ਬਹੁਤ ਖੂਬਸੂਰਤ ਲੱਗੇਗੀ।